Hello everyone, welcome to Droanacharya IAS. ਜਿਵੇਂ ਅਸੀਂ ਆਪਣੀ ਲਾਸਟ ਕਲਾਸ ਦੇ ਵਿੱਚ ਰਿਫੋਰਮ ਮੂਵਮੈਂਟਸ ਤੋਂ ਸਟਾਰਟ ਕੀਤਾ ਸੀਗਾ ਤੇ ਉਹਦੇ ਵਿੱਚ ਅਸੀਂ ਦੋ ਮੂਵਮੈਂਟਸ ਨੂੰ ਡਿਸਕਸ ਕੀਤਾ, ਨਿਰੰਕਾਰੀ ਮੂਵਮੈਂਟ ਤੇ ਨਾਮਧਾਰੀ ਮੂਵਮੈਂਟ। ਤੇ ਅੱਜ ਅਸੀਂ ਅੱਗੇ ਇਸੇ ਮੂਵਮੈਂਟਸ ਨੂੰ ਕੰਟੀਨਿਊ ਕਰਦੇ ਹਾਂ। ਨੈਕਸਟ ਮੂਵਮੈਂਟ ਅੱਜ ਅਸੀਂ ਦੇਖਾਂਗੇ ਸਿੰਘ ਸਭਾ ਮੂਵਮੈਂਟ। ਨਿਰੰਕਾਰੀ ਜੋ ਮੂਵਮੈਂਟ ਸੀਗੀ ਉਹ ਸਿਰਫ ਔਰ ਸਿਰਫ ਅਰਬਨ ਏਰੀਆਜ਼ ਤੱਕ ਹੀ ਲਿਮਿਟਿਡ ਰਹਿ ਗਈ ਸੀ ਤੇ ਜਿਹੜੀ ਨਾਮਧਾਰੀ ਮੂਵਮੈਂਟ ਸੀ ਉਹ ਸਰਕਾਰ ਦੇ ਨਾਲ ਗਵਰਨਮੈਂਟ ਦੇ ਨਾਲ ਕਲੈਸ਼ ਦੇ ਵਿੱਚ ਆਉਣ ਕਰਕੇ ਉਹਦਾ ਇਨਫਲੂਐਂਸ ਹੌਲੀ ਹੌਲੀ ਘੱਟਦਾ ਗਿਆ। ਦੈਟ ਮੀਨਸ ਇਹ ਦੋਨੋਂ ਹੀ ਮੂਵਮੈਂਟਸ ਜੋ ਨੇ ਮਾਸ ਮੂਵਮੈਂਟਸ ਨਹੀਂ ਬਣ ਪਾਈਆਂ, ਲੋਕਾਂ ਨੂੰ ਆਪਣੇ ਨਾਲ ਨਹੀਂ ਜੋੜ ਪਾਈਆਂ। ਤਾਂ ਇਸ ਕਰਕੇ ਇਹ ਹੁਣ ਇੱਕ ਨੈਕਸਟ ਮੂਵਮੈਂਟ ਸਟਾਰਟ ਹੁੰਦੀ ਹੈ, ਸਿੰਘ ਸਭਾ ਮੂਵਮੈਂਟ। ਤੇ ਸ਼ੁਰੂ ਕਦੋਂ ਹੋਈ? 1870s ਦੇ ਵਿੱਚ ਪੰਜਾਬ ਦੇ ਵਿੱਚ। ਤੇ ਇਹਦਾ ਮੇਨ ਏਮ ਕੀ ਸੀ, ਕਿਉਂ ਸਿੰਘ ਸਭਾ ਮੂਵਮੈਂਟ ਜੋ ਹੈ ਉਹ ਸ਼ੁਰੂ ਹੁੰਦੀ ਹੈ? ਤਾਂ ਸਭ ਤੋਂ ਇੰਪੋਰਟੈਂਟ ਏਮ ਇਹਦਾ ਸੀਗਾ ਕੀ ਅਚੀਵ ਕਰਨਾ ਚਾਹੁੰਦੀ ਸੀ ਇਹ, ਇੱਕ ਮੋਰਲ, ਸਪਿਰਿਚੁਅਲ ਤੇ ਐਜੂਕੇਸ਼ਨਲ ਰੀਅਵੇਕਨਿੰਗ ਆਫ ਦਾ ਸਿੱਖਸ, ਕਿ ਸਿੱਖਾਂ ਨੂੰ ਇਹ ਰੀਅਵੇਕਨ ਕਰਨਾ ਚਾਹੁੰਦੀ ਸੀ, ਉਹਨੂੰ ਇੱਕ ਤਰੀਕੇ ਨਾਲ ਜਗਾਉਣਾ ਚਾਹੁੰਦੀ ਹੈ ਦੁਬਾਰਾ, ਕਿਸ ਕਿਸ ਪੁਆਇੰਟ ਆਫ ਵਿਊ ਤੋਂ, ਮੋਰਲੀ ਵੀ ਕਿ ਨੈਤਿਕ ਪੁਆਇੰਟ ਆਫ ਵਿਊ ਤੋਂ ਵੀ, ਸਪਿਰਿਚੁਅਲੀ ਵੀ, ਰੂਹਾਨੀ ਤੌਰ 'ਤੇ ਵੀ ਤੇ ਐਜੂਕੇਸ਼ਨਲ ਵੇ ਦੇ ਵਿੱਚ ਵੀ, ਕਿ ਐਜੂਕੇਸ਼ਨਲੀ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਅਵੇਅਰ ਕਰਨਾ ਚਾਹੁੰਦੀ ਸੀ। ਤਾਂ ਜੇ ਅਸੀਂ ਹੁਣ ਮੇਨ ਇੰਪੋਰਟੈਂਟ ਇਹਨਾਂ ਦੇ ਰੀਜ਼ਨ ਦੀ ਗੱਲ ਕਰੀਏ ਜਾਂ ਬੈਕਗਰਾਊਂਡ ਦੀ ਗੱਲ ਕਰੀਏ ਕਿ ਕਿਉਂ ਇਹ ਮੂਵਮੈਂਟ ਜੋ ਹੈ ਉਹ ਸ਼ੁਰੂ ਹੁੰਦੀ ਹੈ, ਤਾਂ ਸਭ ਤੋਂ ਇਹਦੇ ਵਿੱਚ ਇੰਪੋਰਟੈਂਟ ਪੁਆਇੰਟ ਆਉਂਦਾ ਹੈ ਆਇਡੈਂਟੀਟੀ ਕ੍ਰਾਈਸਿਸ। ਕੋਈ ਵੀ ਮੂਵਮੈਂਟ ਜਦ ਆਉਂਦੀ ਹੈ, ਜਦੋਂ ਸ਼ੁਰੂ ਹੁੰਦੀ ਹੈ, ਤਾਂ ਉਸ ਤੋਂ ਇੱਕਦਮ ਇਮੀਜੀਏਟ ਉਹਦਾ ਕੋਸਟ ਤਾਂ ਹੁੰਦਾ, ਬਟ ਬਹੁਤ ਦੇਰ ਤੱਕ ਕੁਛ ਨਾ ਕੁਛ ਜੋ ਹੈ ਉਹ ਪਿੱਛੇ ਪਾਸ ਦੇ ਵਿੱਚ ਹੁੰਦਾ ਆਇਆ, ਜੋ ਕਿ ਇੱਕ ਟ੍ਰਿਗਰ ਪੁਆਇੰਟ ਵਾਂਗੂ ਜੋ ਹੈ ਉਹ ਕੰਮ ਕਰਦਾ। ਤਾਂ ਆਇਡੈਂਟੀਟੀ ਕ੍ਰਾਈਸਿਸ ਹੋ ਗਈ। ਆਇਡੈਂਟੀਟੀ ਕ੍ਰਾਈਸਿਸ ਕੀ ਹੁੰਦਾ ਹੈ ਕਿ ਜਦੋਂ ਸਿੱਖਾਂ ਨੇ ਇਹ ਚੀਜ਼ ਨੂੰ ਫੀਲ ਕੀਤਾ ਕਿ ਉਹਨਾਂ ਦੀ ਹੋਂਦ ਖਤਰੇ 'ਚ ਹੈ, ਉਹਨਾਂ ਦੀ ਐਗਜ਼ਿਸਟੈਂਸ ਖਤਰੇ ਵਿੱਚ ਹੈ। ਸਿੱਖ ਰੂਲ ਖਤਮ ਹੋ ਗਿਆ ਸੀ ਪੰਜਾਬ ਦੇ ਵਿੱਚ, ਪੰਜਾਬ ਨੂੰ ਐਨੈਕਸ ਕਰ ਲਿਆ ਬ੍ਰਿਟਿਸ਼ ਨੇ, ਬ੍ਰਿਟਿਸ਼ ਅੰਪਾਇਰ ਦਾ ਹਿੱਸਾ ਬਣਾ ਲਿਆ। ਜਿਸ ਤੋਂ ਬਾਅਦ ਕਿ ਉਹਨੇ ਕੀ ਕਰਨਾ ਸ਼ੁਰੂ ਕੀਤਾ, ਜੋ ਕ੍ਰਿਸਚਨ ਮਿਸ਼ਨਰੀ ਸੀਗੇ ਉਹਨਾਂ ਨੇ ਆਪਣੇ ਉੱਥੇ ਪ੍ਰੋਗਰਾਮਸ ਨੂੰ ਲਾਂਚ ਕਰਨਾ ਸ਼ੁਰੂ ਕੀਤਾ। ਨਾਲ ਦੀ ਨਾਲ ਉਸੇ ਹੀ ਟਾਈਮ ਪੀਰੀਅਡ ਦੇ ਵਿੱਚ ਹਿੰਦੂ ਰਿਫੋਰਮ ਮੂਵਮੈਂਟਸ ਵੀ ਹੋ ਰਹੀਆਂ ਨੇ, ਮੁਸਲਿਮ ਰਿਫੋਰਮ ਮੂਵਮੈਂਟਸ ਵੀ ਹੋ ਰਹੀਆਂ ਨੇ, ਕਿ ਹਰ ਇੱਕ ਧਰਮ ਦੀ ਰਿਫੋਰਮ ਮੂਵਮੈਂਟ ਜੋ ਹੈ ਉਹ ਨਾਲ ਨਾਲ ਚੱਲ ਰਹੀ ਸੀ। ਤੇ ਸਿੱਖਾਂ ਨੇ ਦੇਖਿਆ ਕਿ ਬੜਾ ਹੀ ਤੇਜ਼ੀ ਦੇ ਨਾਲ ਇੱਕ ਰਿਲੀਜਨ ਨੂੰ ਕਨਵਰਟ ਕੀਤਾ ਜਾ ਰਿਹਾ ਹੈ, ਲੋਕ ਵੀ ਕਨਵਰਟ ਕਰ ਰਹੇ ਨੇ ਤੇ ਦੂਜੇ ਹੋਰ ਰਿਲੀਜਨ ਜੋ ਨੇ ਉਹ ਵੀ ਸਿੱਖਾਂ ਨੂੰ ਕਨਵਰਟ ਕਰਾ ਰਹੇ ਨੇ, ਉਹਨਾਂ ਦੇ ਧਰਮ ਪਰਿਵਰਤਨ ਕਰਵਾ ਰਹੇ ਨੇ। ਤੇ ਇੱਕ ਬਹੁਤ ਵੱਡੇ ਲੈਵਲ ਤੇ ਇੱਕ ਰਿਊਮਰ ਫੈਲਿਆ, ਇੱਕ ਬੜੀ ਹੀ ਕੰਟਰੋਵਰਸ਼ੀਅਲ ਜੀ ਗੱਲ ਹੈ, ਕਿ ਜਿੱਥੇ ਕਿਹਾ ਗਿਆ ਕਿ ਈਵਨ ਕਿ ਦਲੀਪ ਸਿੰਘ ਜੋ ਹੈ ਉਹਨਾਂ ਨੇ ਵੀ ਆਪਣਾ ਧਰਮ ਬਦਲੀ ਕਰਵਾਇਆ। ਅਗੇਨ ਅਸੀਂ ਇੱਥੇ ਵਰਡ ਯੂਜ਼ ਕੀਤਾ ਕਿ ਕੰਟਰੋਵਰਸ਼ੀਅਲ ਹੈ, ਸਾਨੂੰ ਨਹੀਂ ਪਤਾ ਇਹ ਸਹੀ ਹੈ ਜਾਂ ਗਲਤ ਹੈ, ਪਰ ਉਸ ਟਾਈਮ ਇਸ ਤਰੀਕੇ ਦੀ ਗੱਲਾਂ ਜੋ ਨੇ ਉੱਠਣੀਆਂ ਸ਼ੁਰੂ ਹੋ ਗਈਆਂ, ਜਿਹਦੇ ਕਰਕੇ ਸਿੱਖਾਂ ਦੇ ਵਿੱਚ ਇੱਕ ਅੰਦਰ ਡਰ ਪੈਦਾ ਹੋ ਗਿਆ ਆਪਣੀ ਐਗਜ਼ਿਸਟੈਂਸ ਨੂੰ ਲੈ ਕੇ। ਦੂਜਾ ਇੰਪੋਰਟੈਂਟ ਚੀਜ਼ ਕੀ ਆ ਗਈ, ਹੁਣ ਜਿਵੇਂ ਕ੍ਰਿਸਚਨ ਮਿਸ਼ਨਰੀਜ਼ ਨੂੰ ਅਲਾਓ ਕਰ ਦਿੱਤਾ ਗਿਆ ਕਿ ਉਹ ਇੱਥੇ ਆ ਕੇ ਪ੍ਰੀਚ ਕਰ ਸਕਦੇ ਨੇ, ਉਸੇ ਤਰੀਕੇ ਦੇ ਨਾਲ ਜਦ ਵੁਡਸ ਡਿਸਪੈਚ ਆਉਂਦਾ ਹੈ 1854 ਦੇ ਵਿੱਚ, ਉਸ ਤੋਂ ਬਾਅਦ ਅਸੀਂ ਦੇਖਿਆ ਸੀ ਕਿ ਜੋ ਵੀ ਪੰਜਾਬ ਦਾ ਕਮਿਸ਼ਨਰ ਅਪੁਆਇੰਟ ਕੀਤਾ ਗਿਆ ਸੀ ਉਹਨੇ ਐਜੂਕੇਸ਼ਨ ਡਿਪਾਰਟਮੈਂਟ ਬਣਾਇਆ। ਤਾਂ ਐਜੂਕੇਸ਼ਨ ਡਿਪਾਰਟਮੈਂਟ ਬਣਨ ਤੋਂ ਬਾਅਦ ਬ੍ਰਿਟਿਸ਼ ਨੇ ਇੰਗਲਿਸ਼ ਐਜੂਕੇਸ਼ਨ ਨੂੰ ਬਹੁਤ ਜ਼ਿਆਦਾ ਇਨਕਰੇਜ ਕੀਤਾ, ਜਿਹਦੇ ਕਰਕੇ ਕਿ ਜਿਹੜੀ ਇਹ ਕ੍ਰਿਸਚਨ ਮਿਸ਼ਨਰੀ ਸਕੂਲ ਸੀਗੇ ਪੰਜਾਬ ਦੇ ਵਿੱਚ, ਉਹਨਾਂ ਨੂੰ ਉਹਨਾਂ ਨੇ ਹੈਲਪ ਕੀਤੀ ਅੱਗੇ ਵਧਣ ਦੇ ਲਈ। ਤਾਂ ਇਹ ਵੀ ਉੱਥੇ ਵਧਣੇ ਫੁੱਲਣੇ ਜੋ ਨੇ ਸ਼ੁਰੂ ਹੋ ਗਏ। ਹੋਰ ਇੰਪੋਰਟੈਂਟ ਚੀਜ਼ ਕੀ ਹੈ, ਹੋਰ ਰੀਜ਼ਨ ਕੀ ਹੈ ਇਹਦੇ ਡਿਵੈਲਪ ਹੋਣ ਦਾ? ਡਿਟੀਰੀਓਰੇਸ਼ਨ ਆਫ ਗੁਰਦੁਆਰਾ ਮੈਨੇਜਮੈਂਟ, ਕਿ ਗੁਰਦੁਆਰਿਆਂ ਦੀ ਜੋ ਮੈਨੇਜਮੈਂਟ ਸੀਗੀ ਉਹ ਡਿਟੀਰੀਓਰੇਟ ਹੋ ਰਹੀ ਹੈ। ਦੈਟ ਮੀਨਸ ਗੁਰਦੁਆਰਿਆਂ ਨੂੰ ਵਧੀਆ ਤਰੀਕੇ ਦੇ ਨਾਲ ਮੈਨੇਜ ਨਹੀਂ ਕੀਤਾ ਜਾ ਰਿਹਾ। ਵਧੀਆ ਤਰੀਕੇ ਨਾਲ ਮੈਨੇਜ ਕਰਨ ਦਾ ਮਤਲਬ ਕੀ ਹੈ? ਕਿ ਜਿਵੇਂ ਗੁਰੂ ਸਾਹਿਬਾਨ ਨੇ ਕਿਹਾ, ਜਿਵੇਂ ਸਿੱਖਿਜ਼ਮ ਕਹਿੰਦਾ ਹੈ ਕਿ ਗੁਰੂਆਂ ਨੂੰ ਗੁਰਦੁਆਰਿਆਂ ਨੂੰ ਮੈਨੇਜ ਕਰਨਾ ਚਾਹੀਦਾ ਹੈ, ਉਸੇ ਤਰੀਕੇ ਦੇ ਨਾਲ ਉਹ ਚੀਜ਼ ਇੱਥੇ ਨਹੀਂ ਹੋ ਰਹੀ ਸੀ। ਤੇ ਹੁਣ ਬ੍ਰਿਟਿਸ਼ ਨੇ ਇੱਕ ਤਰੀਕੇ ਦੇ ਨਾਲ ਗੋਲਡਨ ਟੈਂਪਲ ਦੀ ਮੈਨੇਜਮੈਂਟ ਦਾ ਪੂਰਾ ਜ਼ਿੰਮਾ ਜੋ ਹੈ ਉਹ ਆਪਣੇ ਹੱਥ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਕਿਉਂ? ਕਿਉਂਕਿ ਉਹ ਸਿੱਖਾਂ ਨੂੰ ਕੰਟਰੋਲ ਕਰਨਾ ਚਾਹੁੰਦਾ ਸੀ, ਪਰ ਉਹਨੇ ਡਾਇਰੈਕਟਲੀ ਗੋਲਡਨ ਟੈਂਪਲ ਨੂੰ ਕੰਟਰੋਲ ਨਹੀਂ ਕੀਤਾ, ਉਹਨੇ ਬੜੇ ਹੀ ਲੋਇਲ ਸਿੱਖਾਂ ਨੂੰ, ਮਹੰਤਾਂ ਨੂੰ ਚੁਣਿਆ ਜੋ ਕਿ ਬਿਲਕੁਲ ਲੋਇਲ ਸੀ ਬ੍ਰਿਟਿਸ਼ ਦੇ ਲਈ, ਉਹਨਾਂ ਨੂੰ ਸਿਲੈਕਟ ਕਰਦਾ ਹੈ ਕਿ ਤੁਸੀਂ ਜੋ ਹੈ ਗੁਰਦੁਆਰੇ ਦੀ ਮੈਨੇਜਮੈਂਟ ਨੂੰ ਦੇਖੋਗੇ। ਤੇ ਹੁਣ ਇੱਥੇ ਜਿਹੜੇ ਇਹ ਮਹੰਤਾਂ ਨੂੰ, ਪ੍ਰੀਸਟ ਨੂੰ ਇੱਥੇ ਅਪੁਆਇੰਟ ਕੀਤਾ ਗਿਆ ਗੁਰਦੁਆਰਿਆਂ ਨੂੰ ਮੈਨੇਜ ਕਰਨ ਦੇ ਲਈ, ਤਾਂ ਉਹਨਾਂ ਨੇ ਬੜੀ ਹੀ ਉਸ ਚੀਜ਼ਾਂ ਨੂੰ ਇੱਥੇ ਯੂਜ਼ ਕਰਨਾ ਸ਼ੁਰੂ ਕਰਤਾ ਜਿਹਦੇ ਲਈ ਕਿ ਗੁਰੂ ਜੀ ਨੇ ਪਰਹੇਜ਼ ਕਰਨ ਤੋਂ ਕਿਹਾ, ਜਿਵੇਂ ਕਿ ਆਈਡਲ ਵਰਸ਼ਿਪ ਹੋ ਗਈ, ਠੀਕ ਹੈ, ਮੂਰਤੀ ਪੂਜਨ, ਅਨਟਚੇਬਿਲਿਟੀ ਹੈ, ਛੂਆਛਾਤ ਦੀ ਭਾਵਨਾ ਹੋ ਗਈ ਹੈ, ਤਾਂ ਇਹ ਸਾਰੀ ਚੀਜ਼ਾਂ ਇੱਥੇ ਸ਼ੁਰੂ ਹੋ ਗਈਆਂ। ਤੇ ਇਹਨਾਂ ਸਾਰੀ ਚੀਜ਼ਾਂ ਨੂੰ ਗੁਰੂ ਜੀ ਨੇ ਬੜੇ ਹੀ ਸਖਤ ਤਰੀਕੇ ਦੇ ਨਾਲ ਮਨਾਹੀ ਕੀਤੀ ਸੀ ਕਿ ਇਹ ਚੀਜ਼ਾਂ ਸਿੱਖੀਦਮ ਦੇ ਵਿੱਚ ਨਹੀਂ ਹੋਣਗੀਆਂ। ਤਾਂ ਇਹ ਸਾਰੇ ਇਵੈਂਟਸ ਨਾਲ ਨਾਲ ਚੱਲ ਰਹੇ ਸੀ, ਬਟ ਇੱਕ ਇਮੀਡੀਏਟ ਰੀਜ਼ਨ ਕੀ ਬਣਿਆ ਕਿ ਜਦ ਇਹ ਫੈਸਲਾ ਲਿੱਤਾ ਗਿਆ ਕਿ ਸਿੰਘ ਸਭਾ ਜੋ ਹੈ ਉਹ ਬਣਨੀ ਚਾਹੀਦੀ ਹੈ
ਆਪਣੇ ਸਿੱਖਿਜ਼ਮ ਨੂੰ ਆਪਣੇ ਰਿਲੀਜਨ ਨੂੰ ਰਿਫੋਰਮ ਕਰਨ ਦੇ ਲਈ। ਤਾਂ ਇੰਪੋਰਟੈਂਟ ਇੱਥੇ ਇਮੀਡੀਏਟ ਰੀਜ਼ਨ ਕੀ ਬਣਦਾ ਹੈ, ਰੀਜ਼ਨ ਕੀ ਹੈ ਕਿ ਚਾਰ ਸਿੱਖ ਸਟੂਡੈਂਟ ਜੋ ਨੇ ਮਿਸ਼ਨ ਸਕੂਲ ਦੇ ਮਿਸ਼ਨਰੀ ਸਕੂਲ ਦੇ ਉਹ ਅਨਾਊਂਸ ਕਰ ਦਿੰਦੇ ਨੇ ਅੰਮ੍ਰਿਤਸਰ ਦੇ ਵਿੱਚ ਕਿ ਉਹ ਆਪਣੇ ਧਰਮ ਨੂੰ ਬਦਲੀ ਕਰਨ ਜਾ ਰਹੇ ਨੇ, ਉਹ ਸਿੱਖਿਜ਼ਮ ਨੂੰ ਛੱਡ ਕੇ ਕ੍ਰਿਸਚੈਨਿਟੀ ਨੂੰ ਅਡਾਪਟ ਕਰਨ ਜਾ ਰਹੇ ਨੇ, ਕਨਵਰਟ ਕਰਨ ਲੱਗੇ ਨੇ ਆਪਣਾ ਧਰਮ। ਤੇ ਇਹ ਇੱਕ ਬਹੁਤ ਬੜਾ ਟ੍ਰਿਗਰ ਪੁਆਇੰਟ ਬਣਦਾ ਹੈ ਜਿਸ ਤੋਂ ਬਾਅਦ ਕਿ ਸਿੰਘ ਸਭਾ ਜੋ ਹੈ ਉਹ ਹੋਂਦ ਦੇ ਵਿੱਚ ਆਉਂਦੀ ਹੈ। ਸਿੰਘ ਸਭਾ ਮੂਵਮੈਂਟ ਸਿਰਫ ਪੰਜਾਬ ਚ ਨਹੀਂ, ਪੰਜਾਬ ਤੋਂ ਬਾਹਰ ਵੀ ਜੋ ਹੈ ਉਹ ਐਕਟਿਵ ਸੀ। ਤਾਂ ਪੰਜਾਬ ਦੇ ਵਿੱਚ ਸਭ ਤੋਂ ਇੰਪੋਰਟੈਂਟ ਅਸੀਂ ਏਰੀਆਜ਼ ਦੇ ਬਾਰੇ ਗੱਲ ਕਰਾਂਗੇ ਕਿ ਕਿੱਥੇ ਕਿੱਥੇ ਦੇ ਸਿੰਘ ਸਭਾ ਜੋ ਹੈ ਉਹ ਪਹਿਲਾਂ ਬਣੀ ਤੇ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਸਿੰਘ ਸਭਾ ਜੋ ਹੈ ਅਲੱਗ ਅਲੱਗ ਏਰੀਆਜ਼ ਦੇ ਵਿੱਚ ਬਣਦੀਆਂ ਗਈਆਂ। ਤਾਂ ਸਭ ਤੋਂ ਪਹਿਲਾਂ ਸਿੰਘ ਸਭਾ ਹੈ ਅੰਮ੍ਰਿਤਸਰ ਦੀ। ਤਾਂ ਇਹ ਬਣਦੀ ਕਦੋਂ ਹੈ, ਇਹ 1873 ਦੇ ਵਿੱਚ ਬਣੀ ਕਿ ਜਿਹੜੇ ਪ੍ਰੋਮੀਨੈਂਟ ਸਿੱਖ, ਪ੍ਰੋਮੀਨੈਂਟ ਸਿੱਖ ਦਾ ਇੱਥੇ ਕੀ ਮਤਲਬ ਹੈ ਕਿ ਜਿਹਨਾਂ ਦਾ ਇਨਫਲੂਐਂਸ ਹੁੰਦਾ ਸੀ, ਜਿਹਨਾਂ ਦੀ ਗੱਲ ਨੂੰ ਸੁਣਿਆ ਜਾਂਦਾ ਸੀ, ਜਿਹਨਾਂ ਦੀ ਗੱਲ ਨੂੰ ਤਵੱਜੋ ਦਿੱਤੀ ਜਾਂਦੀ ਸੀਗੀ। ਤਾਂ ਉਹਨਾਂ ਨੇ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਦੀ ਅਗਵਾਈ ਹੇਠਾਂ ਇੱਕ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਜੋ ਹੈ ਉਹਨੂੰ ਕਰਵਾਈ ਤੇ ਉਸ ਮੀਟਿੰਗ ਦੇ ਅੰਦਰ ਉਹਨਾਂ ਨੇ ਇੱਕ ਐਸੋਸੀਏਸ਼ਨ ਬਣਾਈ। ਉਹਦੇ ਮੀਟਿੰਗ ਦੇ ਅੰਦਰ ਨਹੀਂ ਬਣਾਈ, ਬਟ ਮੀਟਿੰਗ ਦੇ ਵਿੱਚ ਡਿਸੀਜਨ ਲਿੱਤਾ ਗਿਆ ਕਿ ਸਾਡੀ ਐਸੋਸੀਏਸ਼ਨ ਹੋਏਗੀ, ਇੱਕ ਅਸੀਂ ਗਰੁੱਪ ਜੋ ਹੈ ਇੱਥੇ ਬਣਾਉਣਾ ਚਾਹੁੰਦੇ ਹਾਂ, ਜਿਹਦਾ ਨਾਂ ਕੀ ਰੱਖਿਆ ਜਾਏਗਾ, ਸ਼੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ। ਤੇ ਈਵਨ ਕਿ ਇਹਨੂੰ ਗਵਰਨਮੈਂਟ ਦੇ ਨਾਲ ਲੀਗਲੀ ਇਸ ਚੀਜ਼ ਨੂੰ ਰਜਿਸਟਰ ਕਰਵਾਇਆ ਗਿਆ, ਠੀਕ ਹੈ। ਤੇ ਇੰਪੋਰਟੈਂਟ ਜੇ ਅਸੀਂ ਮੈਂਬਰਸ ਦੀ ਗੱਲ ਕਰੀਏ ਕਿ ਸਭ ਤੋਂ ਇੰਪੋਰਟੈਂਟ ਮੈਂਬਰ ਕੌਣ ਸੀ, ਤਾਂ ਸਭ ਤੋਂ ਪਹਿਲੇ ਜੋ ਇੱਥੇ ਸੈਕਟਰੀ ਸੀਗੇ ਉਹ ਕੌਣ ਸੀ, ਗਿਆਨੀ ਗਿਆਨ ਸਿੰਘ ਬਣੇ ਸੀ ਪਹਿਲੇ ਸੈਕਟਰੀ ਸਿੰਘ ਸਭਾ ਅੰਮ੍ਰਿਤਸਰ ਦੇ। ਤੇ ਹੋਰ ਬਾਕੀ ਜਿੰਨੇ ਇਹ ਪ੍ਰੋਮੀਨੈਂਟ ਮੈਂਬਰਸ ਨੇ, ਕਨਵਰ ਬਿਕਰਮ ਸਿੰਘ, ਬਾਬਾ ਖੇਮ ਸਿੰਘ ਬੇਦੀ, ਭਾਈ ਗੁਰਮੁਖ ਸਿੰਘ, ਤੇ ਸਾਰੀ ਪ੍ਰੋਮੀਨੈਂਟ ਪਰਸਨੈਲਿਟੀਜ਼ ਨੇ ਜੋ ਕਿ ਸਿੰਘ ਸਭਾ ਅੰਮ੍ਰਿਤਸਰ ਦੇ ਨਾਲ ਜੁੜੀਆਂ ਹੋਈਆਂ ਸੀ। ਨੈਕਸਟ ਅਸੀਂ ਓਬਜੈਕਟਿਵਸ ਦੀ ਗੱਲ ਕਰੀਏ। ਹਾਲਾਂਕਿ ਜੋ ਮੇਨ ਇੱਕ ਏਮ ਹੈ ਸਿੰਘ ਸਭਾ ਦਾ, ਮੋਰਲ ਸਪਿਰਚੁਅਲ ਤੇ ਐਜੂਕੇਸ਼ਨਲ ਰੀਅਵੇਕਨਿੰਗ ਆਫ ਦਾ ਸਿੱਖਸ, ਉਹ ਤਾਂ ਸੇਮ ਰਹੇਗਾ, ਬਟ ਹੁਣ ਓਬਜੈਕਟਿਵ ਦਾ ਮਤਲਬ ਕੀ ਹੁੰਦਾ ਹੈ ਕਿ ਅਸੀਂ ਉਹਦੇ ਤੋਂ ਹੁਣ ਅਚੀਵ ਕੀ ਕਰਨਾ ਹੈ, ਕਿਹੜੀ ਚੀਜ਼ ਨੂੰ ਜਿਹੜਾ ਹੈਗਾ ਅਸੀਂ ਇੱਥੇ ਇਸਟੈਬਲਿਸ਼ ਕਰਨਾ ਚਾਹੁੰਦੇ ਹਾਂ। ਤਾਂ ਸਭ ਤੋਂ ਪਹਿਲਾ ਇੰਪੋਰਟੈਂਟ ਓਬਜੈਕਟਿਵ ਕੀ ਸੀਗਾ, ਇਸਟੈਬਲਿਸ਼ਮੈਂਟ ਆਫ ਸਿੱਖ ਸਕੂਲਸ ਐਂਡ ਕਾਲਜਿਸ, ਕਿ ਸਿੱਖ ਸਕੂਲ ਤੇ ਕਾਲਜਿਸ ਬਣਾਏ ਜਾਣ। ਹੁਣ ਸਿੱਖ ਸਕੂਲ ਤੇ ਕਾਲਜਿਸ ਦੀ ਜ਼ਰੂਰਤ ਕਿਉਂ ਪਈ ਸੀ, ਕਿਉਂ ਉਹਨਾਂ ਨੂੰ ਬਣਾਉਣ ਦੀ ਜੋ ਇੱਕ ਲੋੜ ਹੈ ਉਹ ਮਹਿਸੂਸ ਹੋਈ, ਕਿਉਂਕਿ ਜੇ ਅਸੀਂ ਸਿੱਖ ਇਤਿਹਾਸ ਬਾਰੇ ਜਾਣੂ ਹੋਵਾਂਗੇ ਤਾਂ ਡੈਫੀਨੇਟਲੀ ਉਹ ਸਾਨੂੰ ਚੀਜ਼ ਡਿਸਕਰੇਜ ਕਰੇਗੀ ਕਨਵਰਜਨ ਤੋਂ, ਕਿ ਅਸੀਂ ਕਨਵਰਟ ਨਾ ਕਰੀਏ ਕਿ ਮੇਰਾ ਸਿੱਖ ਇਤਿਹਾਸ ਜੋ ਹੈ ਉਹ ਇੰਨਾ ਜ਼ਿਆਦਾ ਵਧੀਆ ਹੈ, ਬਰੋਡ ਹੈ, ਇੰਨੇ ਜ਼ਿਆਦਾ ਇੱਥੇ ਸਿੱਖਾਂ ਨੇ, ਗੁਰੂਆਂ ਨੇ, ਸਾਡੇ ਨੇ ਸ਼ਹਾਦਤਾਂ ਦਿੱਤੀਆਂ ਨੇ ਸਿੱਖਿਜ਼ਮ ਨੂੰ ਬਚਾਉਣ ਦੇ ਲਈ, ਤੇ ਅੱਜ ਅਸੀਂ ਕਨਵਰਟ ਕਿਉਂ ਹੋ ਰਹੇ ਹਾਂ, ਅੱਜ ਮੈਂ ਦੂਜੇ ਧਰਮ ਵੱਲ ਕਿਉਂ ਜਾ ਰਹੀ ਹਾਂ। ਤਾਂ ਇਹ ਚੀਜ਼ ਦੇ ਲਈ ਉਹਨਾਂ ਨੇ ਕੀ ਕੀਤਾ ਕਿ ਅਸੀਂ ਐਜੂਕੇਟ ਕਰਾਂਗੇ, ਸਿੱਖਿਜ਼ਮ ਬਾਰੇ ਵੀ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਏਗੀ ਤਾਂ ਕਿ ਫਰਦਰ ਇਹ ਕਨਵਰਜਨਸ ਨਾ ਹੋਣ, ਸਿੱਖਿਜ਼ਮ ਨੂੰ ਹੋਰ ਜ਼ਿਆਦਾ ਸਟਰੈਂਥਨ ਕੀਤਾ ਜਾਏ। ਦੈਨ ਕਿਉਂਕਿ ਹੁਣ ਸਿੱਖ ਮੈਨੇਜਮੈਂਟ, ਅਸੀਂ ਗੁਰਦੁਆਰਿਆਂ ਦੀ ਮੈਨੇਜਮੈਂਟ ਦੇ ਬਾਰੇ ਅਸੀਂ ਦੇਖਿਆ ਕਿ ਇਹ ਥੋੜ੍ਹੀ ਥੋੜ੍ਹੀ ਡਾਮਾਡੋਲ ਹੋ ਰਹੀ ਸੀ, ਤਾਂ ਮੈਨੇਜਮੈਂਟ ਨੂੰ ਇਹ ਵਧੀਆ ਕਰਨਾ ਚਾਹੁੰਦੇ ਸੀ, ਜਿਹਦੇ ਲਈ ਇਹ ਚਾਹੁੰਦੇ ਸੀ ਕਿ ਕੁਛ ਗਰੁੱਪਸ ਤੇ ਕੁਛ ਅਸੀਂ ਜੋ ਹੈ ਮੰਡਲੀਆਂ ਬਣਾਈਏ, ਜਿਹਦੇ ਨਾਲ ਕਿ ਅਸੀਂ ਆਪਣੇ ਗੁਰਦੁਆਰਿਆਂ ਨੂੰ ਮੈਨੇਜ ਕਰੀਏ ਵਧੀਆ ਤਰੀਕੇ ਦੇ ਨਾਲ, ਤੇ ਜਿਸ ਤਰੀਕੇ ਦੇ ਨਾਲ ਗੁਰੂਆਂ ਨੇ ਕਿਹਾ ਹੈ ਕਿ ਮੈਨੇਜਮੈਂਟ ਹੋਣੀ ਚਾਹੀਦੀ ਹੈ, ਕਿਸੇ ਤਰੀਕੇ ਦੀ ਆਈਡਲ ਵਰਸ਼ਿਪ ਨਹੀਂ ਹੋਣੀ ਚਾਹੀਦੀ, ਅਨਟੱਚਬਿਲਿਟੀ ਨਹੀਂ ਹੋਣੀ ਚਾਹੀਦੀ, ਕੋਈ ਭੇਦਭਾਵ ਕਿਸੇ ਦੇ ਨਾਲ ਨਹੀਂ ਕੀਤਾ ਜਾਏਗਾ ਕਿਸੇ ਵੀ ਗਰਾਊਂਡ ਤੇ, ਉਸੇ ਵੇ ਦੇ ਵਿੱਚ ਹੀ ਅਸੀਂ ਜੋ ਹੈ ਇੱਥੇ ਮੈਨੇਜਮੈਂਟ ਕਰੀਏ। ਦੈਨ ਖਾਲਸਾ ਕੋਡਸ ਆਫ ਕੰਡਕਟ, ਖਾਲਸਾ ਕੋਡਸ ਆਫ ਕੰਡਕਟ ਕੀ ਹੈ ਕਿ ਖਾਲਸੇ ਦੇ ਅਕੋਰਡਿੰਗ ਜਿਵੇਂ ਗੁਰੂ ਨੇ ਜਦ ਖਾਲਸਾ ਪੰਥ ਦੀ ਸਥਾਪਨਾ ਕੀਤੀ ਉਹਨਾਂ ਨੇ ਦੱਸਿਆ ਕਿ ਸਾਨੂੰ ਆਪਣਾ ਜੀਵਨ ਕਿਵੇਂ ਬਤੀਤ ਕਰਨਾ ਚਾਹੀਦਾ ਹੈ, ਉਹਨਾਂ ਨੇ ਇਕੁਆਲਿਟੀ ਨੂੰ ਵੀ ਪ੍ਰਮੋਟ ਕੀਤਾ, ਤਾਂ ਸਾਡੀ ਵੀ ਹੁਣ ਜੋ ਹੈ ਇੱਕ ਜ਼ਿੰਮੇਵਾਰੀ ਬਣ ਜਾਂਦੀ ਕਿ ਅਸੀਂ ਵੀ ਇਕੁਆਲਿਟੀ ਨੂੰ ਪ੍ਰਮੋਟ ਕਰੀਏ। ਤਾਂ ਜੋ ਸਿੱਖ ਗੁਰੂਆਂ ਨੇ ਸਾਨੂੰ ਦੱਸਿਆ ਸੀ, ਇੱਕ ਰਹਿਤ ਮਰਿਆਦਾ ਦੱਸੀ ਸੀ ਆਪਣੇ ਜੀਵਨ ਨੂੰ ਬਤੀਤ ਕਰਨ ਦੇ ਲਈ, ਉਹਨੂੰ ਰੀਐਸਟੈਬਲਿਸ਼ ਕਰਨ ਦਾ ਵੀ ਇਹਦਾ ਇੱਕ ਮੇਨ ਓਬਜੈਕਟਿਵ ਸੀਗਾ। ਦੈਨ ਜੋ ਲੋਕਾਂ ਦੇ ਪੋਲੀਟੀਕਲ ਰਾਈਟਸ ਨੇ, ਕਿਉਂਕਿ ਪੋਲੀਟੀਕਲ ਰਾਈਟਸ ਨੂੰ ਪ੍ਰਮੋਟ ਕਰਨਾ ਵੀ ਇਕੁਅਲੀ ਇੰਪੋਰਟੈਂਟ ਹੈ ਕਿ ਉਹਨਾਂ ਨੂੰ ਹੱਕ ਦਿੱਤਾ ਜਾਏ ਡਿਸੀਜ਼ਨ ਮੇਕਿੰਗ ਦੇ ਵਿੱਚ, ਉਹ ਬੋਲ ਸਕਣ ਜਾਂ ਜੋ ਵੀ ਉਹਨਾਂ ਦੀ ਗ੍ਰੀਵੈਂਸਸ ਨੇ ਉਹਨਾਂ ਬਾਰੇ ਜੋ ਹੈ ਉਹਨੂੰ ਸੁਣਿਆ ਜਾਏ, ਤਾਂ ਪੋਲੀਟੀਕਲ ਰਾਈਟਸ ਨੇ ਉਹ ਵੀ ਲੋਕਾਂ ਨੂੰ ਪ੍ਰੋਵਾਈਡ ਕੀਤੇ ਜਾਣ। ਤੇ ਦੂਜੀ ਚੀਜ਼ ਕਿ ਕਦੋਂ ਅਸੀਂ ਆਪਣੇ ਧਰਮ ਨੂੰ ਛੱਡ ਕੇ ਜਾਂ ਆਪਣੇ ਬਿਲੀਫ ਨੂੰ ਛੱਡ ਕੇ ਕਿਸੇ ਹੋਰ ਬਿਲੀਫਸ ਨੂੰ ਜੋ ਹੈ ਅਡੋਪਟ ਕਰ ਲੈਂਦੇ ਹਾਂ, ਇੱਕ ਤਾਂ ਜਦੋਂ ਦੂਜੇ ਦਾ ਬਿਲੀਫ ਜੋ ਹੈ ਉਹ ਮੈਨੂੰ ਜ਼ਿਆਦਾ ਇਨਫਲੂਐਂਸ ਕਰ ਗਿਆ, ਤੇ ਦੂਜੀ ਚੀਜ਼ ਜੋ ਮੇਰਾ ਖੁਦ ਦਾ ਬਿਲੀਫ ਸੀ ਮੈਂ ਉਹਦੇ ਬਾਰੇ ਜਾਣੂ ਹੀ ਨਹੀਂ ਹਾਂ। ਤਾਂ ਇੱਥੇ ਸੈਕਿੰਡ ਪਹਿਲਾਂ ਵਾਲੀ ਜੋ ਸੈਕਿੰਡ ਵਾਲੀ ਚੀਜ਼ ਹੈ ਉਹਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਨੇ, ਠੀਕ ਹੈ, ਕਿ ਮੇਨ ਇੰਪੋਰਟੈਂਟ ਚੀਜ਼ ਕੀ ਹੈ ਕਿ ਕਨਵਰਜਨ ਕਿਉਂ ਹੋ ਰਹੀ ਹੈ, ਕਿਉਂਕਿ ਅਸੀਂ ਆਪਣੇ ਸਿੱਖ ਇਤਿਹਾਸ ਬਾਰੇ ਜਾਣੂ ਨਹੀਂ ਹਾਂ। ਕਿਉਂ ਨਹੀਂ ਹਾਂ, ਕਿਉਂਕਿ ਮੈਨੂੰ ਗੁਰਮੁਖੀ ਸਕ੍ਰਿਪਟ ਪੜ੍ਹਨੀ ਨਹੀਂ ਆਉਂਦੀ, ਮੈਨੂੰ ਪੰਜਾਬੀ ਲੈਂਗੁਏਜ ਪੜ੍ਹਨੀ ਨਹੀਂ ਆਉਂਦੀ, ਇਸ ਕਰਕੇ ਮੈਂ ਚੀਜ਼ਾਂ ਬਾਰੇ ਨਹੀਂ ਜਾਣਦੀ। ਤਾਂ ਇਸ ਕਰਕੇ ਇਹਨਾਂ ਨੇ ਕੀ ਕੀਤਾ ਕਿ ਜੋ ਵੀ ਸਾਡਾ ਰਿਲੀਜੀਅਸ ਲਿਟਰੇਚਰ ਹੈ ਉਹਨੂੰ ਪੰਜਾਬੀ ਲੈਂਗੁਏਜ ਦੇ ਵਿੱਚ ਗੁਰਮੁਖੀ ਸਕ੍ਰਿਪਟ ਦੇ ਨਾਲ
ਲਿਪੀ ਦੇ ਨਾਲ ਪੰਜਾਬੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਪ੍ਰੋਡਿਊਸ ਕੀਤਾ ਜਾਏ, ਉਹਨੂੰ ਬਣਾਇਆ ਜਾਏ, ਤਾਂ ਕਿ ਲੋਕ ਜੋ ਹੈ ਉਹਨਾਂ ਨੂੰ ਪੜ੍ਹ ਸਕਣ ਤੇ ਪੜ੍ਹ ਕੇ ਉਸ ਚੀਜ਼ ਨੂੰ ਇੰਟਰਨਲਾਈਜ਼ ਕਰ ਸਕਣ ਕਿ ਅਸੀਂ ਕਨਵਰਜ਼ਨਸ ਨਹੀਂ ਕਰਨੀਆਂ। ਜਿਵੇਂ ਅੰਮ੍ਰਿਤਸਰ ਸਿੰਘ ਸਭਾ ਬਣੀ, ਉਸੇ ਤਰੀਕੇ ਦੇ ਨਾਲ ਸਿੰਘ ਸਭਾ ਲਾਹੌਰ, ਦੈਟ ਮੀਨਸ ਲਾਹੌਰ ਦੇ ਵਿੱਚ ਵੀ ਸਿੰਘ ਸਭਾ ਜਿਹੜੀ ਹੈਗੀ ਉਹ ਬਣੀ, ਤੇ ਇਹ ਵੀ ਸਿੰਘ ਸਭਾ ਦੀ ਹੀ ਇੱਕ ਬ੍ਰਾਂਚ ਸੀਗੀ ਜਿਹਨੂੰ ਕਿ 1879 ਦੇ ਵਿੱਚ ਜੋ ਹੈ ਐਸਟੈਬਲਿਸ਼ ਕੀਤਾ ਗਿਆ ਸੀ ਲਾਹੌਰ ਵਿਖੇ। ਤੇ ਜੇ ਇਹਨਾਂ ਦੀ ਅਸੀਂ ਫਸਟ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਪਹਿਲੇ ਪ੍ਰੈਜ਼ੀਡੈਂਟ ਕੌਣ ਬਣੇ ਸਿੰਘ ਸਭਾ ਲਾਹੌਰ ਦੇ? ਦੀਵਾਨ ਬੂਟਾ ਸਿੰਘ ਤੇ ਭਾਈ ਗੁਰਮੁਖ ਸਿੰਘ ਜੋ ਸੀਗੇ ਇਹਦੇ ਪਹਿਲੇ ਸੈਕਟਰੀ ਸੀ। ਤੇ ਲਾਹੌਰ ਸਿੰਘ ਸਭਾ ਨੇ ਵੀ ਪ੍ਰੈਕਟੀਕਲੀ ਵਿਦ ਸੇਮ ਓਬਜੈਕਟਿਵ ਜੋ ਅੰਮ੍ਰਿਤਸਰ ਸਿੰਘ ਸਭਾ ਦੇ ਸੀਗੇ ਉਹੀ ਅਪਣਾਏ, ਕਿਉਂਕਿ ਇਹ ਫਰਦਰ ਉਸੇ ਦੀ ਬ੍ਰਾਂਚ ਹੈ ਨਾ, ਇਹ ਆਪਣੇ ਆਪ ਤੋਂ ਅਲੱਗ ਕੋਈ ਐਂਟੀਟੀ ਨਹੀਂ ਹੈ, ਠੀਕ ਹੈ। ਸਿੰਘ ਸਭਾ ਦੀ ਹੀ ਇਹ ਫਰਦਰ ਇੱਕ ਬ੍ਰਾਂਚ ਹੈ। ਤਾਂ ਜੋ ਓਬਜੈਕਟਿਵ ਅੰਮ੍ਰਿਤਸਰ ਸਿੰਘ ਸਭਾ ਦੇ ਸੀਗੇ ਉਹੀ ਸੇਮ ਓਬਜੈਕਟਿਵ ਜੋ ਨੇ ਉਹ ਸਿੰਘ ਸਭਾ ਲਾਹੌਰ ਨੇ ਵੀ ਅਪਣਾਈ। ਤੇ ਜੋ ਸਿੰਘ ਸਭਾ ਲਾਹੌਰ ਹੈ ਉਹ ਇੱਕ ਹੁਣ ਮਾਡਲ ਵਾਂਗੂ ਕੰਮ ਕਰ ਰਹੀ ਸੀ, ਕਿ ਉਹ ਇਸ ਤਰੀਕੇ ਦੀ ਸੀ ਕਿ ਉਸੇ ਨੂੰ ਦੇਖ ਕੇ ਹੋਰ ਵੀ ਜਿੰਨੀਆਂ ਵੀ ਸਭਾ ਸੀਗੀਆਂ, ਸਿੰਘ ਸਭਾ ਸੀਗੀਆਂ, ਅਲੱਗ ਅਲੱਗ ਰੀਜਨਸ ਦੇ ਵਿੱਚ ਬਣਨੀਆਂ ਸ਼ੁਰੂ ਹੋ ਗਈਆਂ। ਤੇ ਤਕਰੀਬਨ 1899 ਤੱਕ ਕਿਹਾ ਜਾਂਦਾ ਹੈ ਕਿ 120 ਸਿੰਘ ਸਭਾ ਜੋ ਨੇ ਉਹ ਬਣ ਚੁੱਕੀਆਂ ਸੀ, ਜੋ ਕਿ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਜੋ ਨੇ ਉਹ। ਹੁਣ ਜਿਵੇਂ ਜਿਵੇਂ ਸਿੰਘ ਸਭਾ ਵੱਧਦੀਆਂ ਗਈਆਂ, ਉਸੇ ਤਰੀਕੇ ਦੇ ਨਾਲ ਹੀ ਇੱਕ ਖਾਲਸਾ ਦੀਵਾਨ ਜੋ ਹੈ ਉਹਦੀ ਸਥਾਪਨਾ ਕਰ ਦਿੱਤੀ ਗਈ 1883 ਦੇ ਵਿੱਚ। ਖਾਲਸਾ ਦੀਵਾਨ ਕੀ ਸੀ? ਖਾਲਸਾ ਦੀਵਾਨ ਇੱਕ ਇਸ ਤਰੀਕੇ ਦਾ ਪਲੈਟਫਾਰਮ ਸੀ ਜਿੱਥੇ ਕਿ ਡਿਸੀਜ਼ਨ ਮੇਕਿੰਗ ਕੀਤੀ ਜਾਂਦੀ ਸੀ, ਤੇ ਜਿੰਨੀਆਂ ਵੀ ਸਿੰਘ ਸਭਾ ਸੀਗੀਆਂ ਸਭ ਦੇ ਐਕਸ਼ਨਸ ਨੂੰ ਇੱਕ ਤਰੀਕੇ ਦੇ ਨਾਲ ਕੋਆਰਡੀਨੇਟ ਕਰਨ ਦਾ ਕੰਮ ਜੋ ਹੈ ਉਹ ਖਾਲਸਾ ਦੀਵਾਨ ਦੇ ਵਿੱਚ ਹੁੰਦਾ ਸੀ। ਹੁਣ ਅਸੀਂ ਜਿਹੜੀਆਂ ਦੋ ਇੰਪੋਰਟੈਂਟ ਮੇਨ ਜਾਂ ਪਹਿਲੀਆਂ ਸਿੰਘ ਸਭਾ ਦੇ ਬਾਰੇ ਗੱਲ ਕੀਤੀ ਹੈ, ਅੰਮ੍ਰਿਤਸਰ ਸਿੰਘ ਸਭਾ ਤੇ ਲਾਹੌਰ ਸਿੰਘ ਸਭਾ, ਹੁਣ ਇਹਨਾਂ ਦੇ ਵਿੱਚ ਕੁਝ ਆਪਸੀ ਮਤਭੇਦ ਤੇ ਡਿਫਰੈਂਸਿਸ ਆਣੇ ਜੋ ਨੇ ਹੋ ਸ਼ੁਰੂ ਹੋ ਗਏ। ਕਿਸ ਬੇਸ ਤੇ? ਆਈਡੀਓਲੋਜੀਕਲ ਬੇਸਿਸ ਤੇ, ਕਿ ਆਈਡੀਓਲੋਜੀਜ਼ ਜਿਹੜੀਆਂ ਨੇ ਹੁਣ ਬਦਲ ਗਈਆਂ। ਪਰਟੀਕੁਲਰਲੀ ਕਿਸ ਚੀਜ਼ ਨੂੰ ਲੈ ਕੇ? ਕਿ ਜੋ ਅਨਟੱਚਬਲ ਨੇ, ਅਨਟੱਚਬਲ ਸਿੱਖ ਬੋਲਿਆ ਗਿਆ, ਸੋ ਕੋਲਡ ਅਨਟੱਚਬਲ ਸਿੱਖ, ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਉਹ ਵਰਸ਼ਿਪ ਨਹੀਂ ਕਰ ਸਕਦੇ। ਇਸ ਮੁੱਦੇ ਨੂੰ ਲੈ ਕੇ ਦੋਨਾਂ ਹੀ ਸਿੰਘ ਸਭਾ ਦੇ ਵਿੱਚ ਬਹੁਤ ਸਾਰੇ ਡਿਫਰੈਂਸਿਸ ਜੋ ਨੇ ਆਈਡੀਓਲੋਜੀਕਲ ਬੇਸਿਸ ਤੇ ਕ੍ਰੀਏਟ ਹੋ ਜਾਂਦੇ ਨੇ। ਤਾਂ ਹੁਣ ਜਿਹੜਾ ਇਹ ਅੰਮ੍ਰਿਤਸਰ ਗਰੁੱਪ ਸੀ, ਜੇ ਅਸੀਂ ਹੁਣ ਅਲੱਗ ਅਲੱਗ ਗਰੁੱਪਸ ਦੀ ਕੰਪੋਜੀਸ਼ਨ ਦੇਖੀਏ, ਤਾਂ ਜੋ ਅੰਮ੍ਰਿਤਸਰ ਗਰੁੱਪ ਸੀਗਾ ਉਹਦੇ ਵਿੱਚ ਕੌਣ ਸੀ? ਐਰਿਸਟੋਕ੍ਰੈਟ ਸੀ, ਮਹੰਤ ਸੀਗੇ, ਪੁਜਾਰੀ ਸੀਗੇ, ਠੀਕ ਹੈ। ਤੇ ਸਾਰਿਆਂ ਨੂੰ ਰਿਪ੍ਰੈਜੈਂਟ ਕੌਣ ਕਰਦਾ ਸੀ? ਕਨਵਰ ਬਿਕਰਮ ਸਿੰਘ ਕੀ ਕਪੂਰਥਲੇ ਦੇ, ਉਹ ਉਹਨਾਂ ਨੂੰ ਰਿਪ੍ਰੈਜੈਂਟ ਕਰ ਰਹੇ ਸੀ। ਦੈਟ ਮੀਨਸ ਇਹ ਇੱਕ ਅਪਰ ਕਾਸਟ, ਹਾਲਾਂਕਿ ਸਿੱਖਿਜ਼ਮ ਨੇ ਕਾਸਟ ਸਿਸਟਮ ਦਾ ਖੰਡਨ ਕੀਤਾ, ਬਟ ਫਿਰ ਵੀ ਇਸ ਦੇ ਵਿੱਚ ਇੱਕ ਸੋਸਾਇਟੀ ਦੇ ਇੱਕ ਅਪਰ ਜਿਹੜੀ ਇੱਕ ਲੇਅਰ ਹੈ, ਕਲਾਸ ਹੈ, ਕਾਸਟ ਹੈ, ਉਸ ਤਰੀਕੇ ਦੇ ਲੋਕ ਜੋ ਨੇ ਇਹਦੇ ਵਿੱਚ ਸ਼ਾਮਿਲ ਸੀ। ਤੇ ਉਹ ਆਪਣੀ ਅਪਰੋਚ ਦੇ ਵਿੱਚ ਬਹੁਤ ਹੀ ਜ਼ਿਆਦਾ ਮੋਡਰੇਟ ਸੀ, ਬਹੁਤ ਜ਼ਿਆਦਾ ਰੈਡੀਕਲ ਨਹੀਂ ਸੀਗੇ ਕਿ ਹਾਂ ਚੇਂਜ ਜਿਹੜਾ ਹੈਗਾ ਉਹ ਇੱਕਦਮ ਆਉਣਾ ਚਾਹੀਦਾ। ਤਾਂ ਆਪਣੀ ਅਪਰੋਚ ਦੇ ਵਿੱਚ ਬਹੁਤ ਜ਼ਿਆਦਾ ਮੋਡਰੇਟ ਸੀ, ਤੇ ਉਹ ਚਾਹੁੰਦੇ ਸੀ ਕਿ ਇੱਕ ਤਰੀਕੇ ਦਾ ਜੋ ਇੱਕ ਸਟੇਟਸ ਕੋ ਬਣਿਆ ਹੋਇਆ ਹੈ ਤੇ ਆਪਣੀ ਜਿਹੜੀ ਇੱਕ ਪੋਜੀਸ਼ਨ ਹੈ ਉਹਨੂੰ ਮੇਨਟੇਨ ਕਰਕੇ ਰੱਖੀਏ, ਤੇ ਜੋ ਵੀ ਇਹ ਸਿੱਖ ਸ਼ਰਾਈਨਸ ਨੇ, ਗੁਰਦੁਆਰੇਸ ਨੇ, ਤਾਂ ਉਹਨਾਂ ਦੇ ਵਿੱਚ ਜੋ ਵੀ ਇਹਨਾਂ ਦਾ ਪੋਜੀਸ਼ਨ ਹੈ ਉਹ ਸਾਰੀ ਚੀਜ਼ਾਂ ਨੂੰ ਉਸੇ ਤਰੀਕੇ ਦੇ ਨਾਲ ਇੰਟੈਕਟ ਰੱਖਣਾ ਚਾਹੁੰਦੇ ਸੀ। ਤੇ ਹਾਲਾਂਕਿ ਜਿਹੜਾ ਲਾਹੌਰ ਗਰੁੱਪ ਸੀਗਾ ਉਹਦੇ ਵਿੱਚ ਐਜੂਕੇਟਡ ਬੰਦੇ ਹੁੰਦੇ ਸੀ, ਤਾਂ ਜਿਹੜਾ ਬੰਦਾ ਐਜੂਕੇਟਡ ਹੈ ਉਹ ਇਹਨਾਂ ਚੀਜ਼ਾਂ ਨੂੰ ਧਿਆਨ ਨਾਲ ਸੋਚੇਗਾ ਕਿ ਐਕਚੁਅਲ ਦੇ ਵਿੱਚ ਜਿਸ ਕਾਰਨ ਵਸ਼ ਅਸੀਂ ਬਣੇ ਹਾਂ, ਸਾਡੀ ਜੋ ਹੈ ਐਗਜ਼ਿਸਟੈਂਸ ਹੈ, ਜਿਸ ਚੀਜ਼ ਦੇ ਲਈ ਅਸੀਂ ਆਪਣੇ ਆਪ ਨੂੰ ਕ੍ਰੀਏਟ ਕੀਤਾ, ਅਸੀਂ ਉਸ ਤੋਂ ਅਗੇਂਸਟ ਕਿਵੇਂ ਜਾ ਸਕਦੇ ਹਾਂ? ਅੱਜ ਅਸੀਂ ਅਨਟੱਚਬਿਲਿਟੀ ਦੀ ਗੱਲ ਕਿਵੇਂ ਕਰ ਸਕਦੇ ਹਾਂ? ਅੱਜ ਅਸੀਂ ਅਨਟੱਚਬਲ ਸਿੱਖਾਂ ਦੀ ਗੱਲ ਕਿਉਂ ਕਰ ਰਹੇ ਹਾਂ? ਕਿ ਬੇਸ਼ੱਕ ਕੋਈ ਵੀ ਕੰਪੋਜੀਸ਼ਨ ਹੋਵੇ, ਚਾਹੇ ਉਹਦੇ ਵਿੱਚ ਮਹੰਤ ਨੇ, ਪੁਜਾਰੀ ਨੇ, ਅਰਿਸਟੋਕ੍ਰੇਟ ਨੇ, ਐਜੂਕੇਟਡ ਨੇ, ਕੋਈ ਵੀ ਇਨਸਾਨ ਹੈ, ਸਿੰਪਲ ਗੱਲ ਇਹਦੇ ਵਿੱਚ ਕੀ ਸੀ ਕਿ ਜੇ ਤੁਸੀਂ ਸਿੱਖੀਜ਼ਮ ਨੂੰ ਰਿਫੋਰਮ ਕਰਨ ਦੇ ਲਈ ਅੰਦਰ ਐਂਟਰ ਕਰਿਓ, ਤਾਂ ਸਭ ਤੋਂ ਪਹਿਲਾਂ ਰਿਫੋਰਮ ਜੋ ਹੈ ਉਹ ਸਾਡੇ ਖੁਦ ਦੇ ਵਿੱਚ ਆਉਣਾ ਚਾਹੀਦਾ। ਤੇ ਇਹ ਚੀਜ਼ ਨੂੰ ਲਾਹੌਰ ਗਰੁੱਪ ਜੋ ਸੀਗਾ ਉਹਨੂੰ ਬੜੇ ਵਧੀਆ ਤਰੀਕੇ ਦੇ ਨਾਲ ਸਮਝ ਰਿਹਾ ਸੀ, ਤੇ ਇਹ ਰੈਡੀਕਲ ਸੀ। ਇਹ ਇਹਨਾਂ ਦੀ ਅਪਰੋਚ ਜੋ ਹੈ ਇੱਥੇ ਮੋਡਰੇਟ ਨਹੀਂ ਸੀ, ਇਹ ਰੈਡੀਕਲ ਸੀ। ਇਹ ਚਾਹੁੰਦੇ ਸੀ ਚੇਂਜ ਲੈ ਕੇ ਆਉਣਾ, ਐਕਚੁਅਲ ਦੇ ਵਿੱਚ ਰਿਫੋਰਮਸ ਜਿਹੜੇ ਹੈਗੇ ਆ ਉਸ ਤਰੀਕੇ ਨਾਲ ਲੈ ਕੇ ਆਉਣਾ ਚਾਹੁੰਦੇ ਸੀ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਲੈ ਕੇ ਆਉਣਾ ਚਾਹੁੰਦੇ ਸੀ। ਦੈਟ ਮੀਨਸ ਗੁਰੂਆਂ ਦੀ ਟੀਚਿੰਗਸ ਦੇ ਅਕੋਰਡਿੰਗ ਇਹ ਵਰਕ ਕਰਨਾ ਚਾਹੁੰਦੇ ਸੀਗੇ ਜਿਹੜੀ ਲਾਹੌਰ ਸਿੰਘ ਸਭਾ ਸੀਗੀ। ਤੇ ਇਹਨਾਂ ਹੀ ਦੋ ਚੀਜ਼ਾਂ ਦੋਨਾਂ ਦੇ ਵਿੱਚ ਜੋ ਹੈ ਇਸ ਗੱਲ ਨੂੰ ਲੈ ਕੇ ਕੁਛ ਡਿਫਰੈਂਸਿਸ ਜੋ ਨੇ ਉਹ ਇਰਪਟ ਹੋ ਜਾਂਦੇ ਨੇ। ਹੁਣ ਗੋਲਡਨ ਟੈਂਪਲ ਦੇ ਵਿੱਚ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਗੋਲਡਨ ਟੈਂਪਲ ਦੀ ਮੈਨੇਜਮੈਂਟ ਦਿੱਤੀ ਗਈ ਸੀ, ਤਾਂ ਉਹਨਾਂ ਪ੍ਰੀਸਟ ਨੇ, ਉਹਨਾਂ ਮਹੰਤਾਂ ਨੇ ਕੁਛ ਚੀਜ਼ਾਂ ਐਵੇਂ ਦੀਆਂ ਸ਼ੁਰੂ ਕਰ ਦਿੱਤੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕਿ ਸਿੱਖੀਜ਼ਮ ਦੇ ਅਗੇਂਸਟ ਸੀ। ਜਿਵੇਂ ਕਿ ਪਹਿਲਾਂ ਤਾਂ ਅਨਟੱਚਬਲਸ ਨੂੰ ਅਲਾਓ ਨਹੀਂ ਸੀ ਕੀਤਾ ਜਾਂਦਾ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਕਰ ਸਕਣ। ਬਾਅਦ ਦੇ ਵਿੱਚ ਉਹਨਾਂ ਨੇ ਅਲਾਓ ਤਾਂ ਕੀਤਾ, ਬਟ ਉਹਦੇ ਲਈ ਕੁਛ ਸਪੈਸੀਫਿਕ ਆਰ ਜਿਹੜੇ ਨੇ ਉਹ ਫਿਕਸ ਕਰ ਦਿੱਤੇ ਗਏ ਕਿ ਤੁਸੀਂ ਇੰਨਾ ਹੀ ਟਾਈਮ ਦੇ ਵਿੱਚ ਜੋ ਹੈ ਅੰਦਰ ਐਂਟਰ ਕਰ ਸਕਦੇ ਹੋ,
ਬਟ ਤੁਸੀਂ ਕੋਈ ਵੀ ਚੀਜ਼ ਇੱਥੇ ਨਹੀਂ ਚੜਾ ਸਕਦੇ, ਠੀਕ ਹੈ, ਕਿ ਕੋਈ ਆਫਰਿੰਗਸ ਨਹੀਂ ਕਰ ਸਕਦੇ, ਕੋਈ ਉਹਨਾਂ ਨੇ ਦਾਨ ਪੁੰਨ ਕਰਨਾ ਹੋਏ, ਕੋਈ ਪੈਸਾ ਚੜਾਉਣਾ ਹੋਏ, ਕੋਈ ਚੀਜ਼ ਦੇਣੀ ਹੋਏ, ਉਹਨਾਂ ਸਾਰੀ ਚੀਜ਼ਾਂ ਦੇ ਲਈ ਉਹਨਾਂ ਨੂੰ ਮਨਾਹੀ ਕਰ ਦਿੱਤੀ ਗਈ। ਤੇ ਜਿਹੜੇ ਲੀਡਰ ਸੀਗੇ ਅੰਮ੍ਰਿਤਸਰ ਸਿੰਘ ਸਭਾ ਦੇ, ਉਹਨਾਂ ਨੇ ਇਸ ਐਕਸ਼ਨ ਨੂੰ ਸਪੋਰਟ ਕੀਤਾ। ਤਾਂ ਕਿਉਂਕਿ ਹੁਣ ਇਹ ਸਿੱਖੀਜ਼ਮ ਦੇ ਅਗੇਂਸਟ ਹੈ, ਸਿੱਖੀਜ਼ਮ ਇਹ ਚੀਜ਼ ਨੂੰ ਬਿਲਕੁਲ ਅਲਾਓ ਨਹੀਂ ਕਰਦਾ, ਉਹ ਕਾਸਟ ਸਿਸਟਮ ਨੂੰ ਨਹੀਂ ਮੰਨਦਾ, ਉਹ ਕਿਸੇ ਤਰੀਕੇ ਦਾ ਭੇਦਭਾਵ ਤੇ ਛੂਆਛੂਤ ਨੂੰ ਨਹੀਂ ਮੰਨਦਾ। ਤਾਂ ਇਸ ਕਰਕੇ ਜਿਹੜੇ ਲੀਡਰ ਸੀ ਲਾਹੌਰ ਸਿੰਘ ਸਭਾ ਦੇ, ਉਹਨਾਂ ਨੇ ਇਸ ਪ੍ਰੈਕਟਿਸਿਸ ਦੀ ਜੋ ਲੈਜੀਟੀਮੇਸੀ ਹੈ ਉਹਨੂੰ ਚੈਲੰਜ ਕਰਤਾ ਕਿ ਕਿਸ ਹੱਦ ਤੱਕ ਜੋ ਇਹ ਚੀਜ਼ ਠੀਕ ਹੈ, ਤੁਸੀਂ ਇਹ ਚੀਜ਼ ਕਿਉਂ ਕਰ ਰਹੇ ਹੋ। ਤੇ ਇਹੀ ਚੀਜ਼ ਇੱਕ ਕਲੈਸ਼ ਬਣ ਜਾਂਦੀ ਹੈ ਦੋਨੋਂ ਹੀ ਸਿੰਘ ਸਭਾ ਦੇ ਵਿੱਚ। ਤੇ ਇਸੇ ਇਸ਼ੂ ਦੇ ਉੱਤੇ ਹੁਣ ਜੋ ਅੰਮ੍ਰਿਤਸਰ ਸਿੰਘ ਸਭਾ ਸੀਗੀ, ਉਹ ਮਹੰਤਾਂ ਤੇ ਪੁਜਾਰੀਆਂ ਦੇ ਨਾਲ ਮਿਲ ਕੇ ਉਹਨੇ ਕੀ ਕੀਤਾ, ਇੱਕ ਹੁਕਮਨਾਮਾ ਜਾਰੀ ਕੀਤਾ, ਜਿਹਦੇ ਨਾਲ ਕਿ ਉਹਨਾਂ ਨੇ ਜੋ ਲੀਡਰ ਸੀਗੇ ਲਾਹੌਰ ਸਿੰਘ ਸਭਾ ਦੇ, ਉਹਨਾਂ ਸਾਰਿਆਂ ਨੂੰ ਐਕਸਕਮਿਊਨੀਕੇਟ ਕਰ ਦਿੱਤਾ ਗਿਆ। ਕਿਸ ਗਰਾਊਂਡ ਤੇ? ਇਹ ਕਹਿ ਕੇ ਕਿ ਤੁਹਾਡੇ ਜਿਹੜੇ ਵਿਊਜ਼ ਨੇ ਉਹ ਬਹੁਤ ਜ਼ਿਆਦਾ ਐਕਸਟ੍ਰੀਮਿਸਟ ਨੇ, ਠੀਕ ਹੈ, ਕਿ ਤੁਸੀਂ ਬਹੁਤ ਜ਼ਿਆਦਾ ਐਕਸਟ੍ਰੀਮ ਐਂਡ ਦੀ ਜੋ ਹੈ ਉਹ ਗੱਲ ਸੋਚ ਰਹੇ ਹੋ, ਗੱਲ ਕਰ ਰਹੇ ਹੋ, ਜੋ ਕਿ ਸਹੀ ਨਹੀਂ ਹੈ। ਤਾਂ ਇਸ ਕਰਕੇ ਜੋ ਲਾਹੌਰ ਸਿੰਘ ਸਭਾ ਸੀਗੀ, ਉਹਨਾਂ ਨੇ ਆਪਣਾ ਅਲੱਗ ਤੋਂ ਦੀਵਾਨ ਜਿਹੜਾ ਹੈਗਾ ਉਹ 1886 ਈਸਵੀ ਦੇ ਵਿੱਚ ਬਣਾਇਆ। ਹੁਣ ਦੀਵਾਨ ਦੀ ਜ਼ਰੂਰਤ ਕਿਉਂ ਪੈਂਦੀ ਸੀ? ਕਿਉਂਕਿ ਇਹ ਐਵੇਂ ਦਾ ਪਲੈਟਫਾਰਮ ਸੀਗਾ ਜਿੱਥੇ ਕਿ ਡਿਸੀਜ਼ਨ ਮੇਕਿੰਗ ਹੋ ਰਹੀ ਸੀ। ਤਾਂ ਉਹਨਾਂ ਨੇ ਹੁਣ ਸਿੰਘ ਸਭਾ ਅੰਮ੍ਰਿਤਸਰ ਦੀ ਜਿਹੜੀ ਇੱਕ ਸੁਪਰੀਮ ਅਥਾਰਿਟੀ ਬਣ ਗਈ ਸੀ ਕਿ ਜੋ ਉਹ ਕਹਿਣਗੇ ਉਹੀ ਸਹੀ ਹੋਏਗਾ, ਉਹਨੂੰ ਚੈਲੰਜ ਕਰਨਾ ਸ਼ੁਰੂ ਕਰਤਾ ਕਿ ਇਹ ਸਿੱਖਿਜ਼ਮ ਤੋਂ ਭਟਕ ਰਹੇ ਨੇ, ਕਿ ਜਿਹੜੇ ਮੇਨ ਓਬਜੈਕਟਿਵ, ਜਿਹੜੇ ਮੇਨ ਮਕਸਦ ਦੇ ਨਾਲ ਅਸੀਂ ਆਪਣੀ ਸਿਰਜਣਾ ਕੀਤੀ ਹੈ, ਇਹ ਸਿੰਘ ਸਭਾ ਬਣਾਈਆਂ ਗਈਆਂ ਨੇ, ਤੁਸੀਂ ਉਸ ਤੋਂ ਬਿਲਕੁਲ ਹੀ ਉਲਟ ਜਾ ਰਹੇ ਹੋ। ਇਸ ਕਰਕੇ ਇੱਥੇ ਦੋਨੋਂ ਹੀ ਸਿੰਘ ਸਭਾ ਜੋ ਨੇ ਉਹ ਇੱਕ ਦੂਜੇ ਤੋਂ ਅਲੱਗ ਹੋ ਜਾਂਦੀਆਂ ਨੇ, ਤੇ ਬਹੁਤ ਸਾਰੀ ਸਿੰਘ ਸਭਾ ਜੋ ਨੇ ਉਹ ਜਾ ਕੇ ਜੁਆਇਨ ਕਰਦੀਆਂ ਨੇ ਲਾਹੌਰ ਸਿੰਘ ਸਭਾ ਨੂੰ, ਕਿਉਂਕਿ ਇਹ ਟਰੂ ਸਪਿਰਿਟ ਦੇ ਵਿੱਚ ਸਿੱਖਿਜ਼ਮ ਨੂੰ ਜੋ ਹੈ ਉਹ ਅੱਗੇ ਲੈ ਕੇ ਜਾ ਰਹੀ ਸੀ। ਹੁਣ ਜਦੋਂ ਸਿੰਘ ਸਭਾ ਲਾਹੌਰ ਨੇ ਵੀ ਆਪਣਾ ਅਲੱਗ ਤੋਂ ਦੀਵਾਨ ਬਣਾ ਲਿਆ, ਤਾਂ ਉਸ ਤੋਂ ਬਾਅਦ ਹੁਣ ਜਦੋਂ ਮਰਜਰ ਹੋਏਗਾ ਦੋਨਾਂ ਦਾ, ਤਾਂ ਮਰਜ ਕਰਕੇ ਦੋਨਾਂ ਨੂੰ ਕੀ ਬਣਿਆ, ਇੱਕ ਵੱਡਾ ਇੱਕ ਆਰਗਨਾਈਜੇਸ਼ਨ ਬਣ ਗਈ, ਸੈਂਟਰ ਇੱਕ ਸਿੱਖ ਆਰਗਨਾਈਜੇਸ਼ਨ ਬਣ ਗਈ, ਚੀਫ ਖਾਲਸਾ ਦੀਵਾਨ। ਚੀਫ ਖਾਲਸਾ ਦੀਵਾਨ ਕਿਵੇਂ ਬਣਿਆ ਹੈ? ਦੋਨੋਂ ਹੀ ਦੀਵਾਨ ਜੋ ਕਿ ਖਾਲਸਾ ਦੀਵਾਨ ਸੀ, ਤੇ ਇੱਕ ਸਿੰਪਲ ਦੀਵਾਨ ਸੀਗਾ ਜੋ ਕਿ ਸਿੰਘ ਸਭਾ ਲਾਹੌਰ ਨੇ ਬਣਾਇਆ। ਦੋਨਾਂ ਦਾ ਮਰਜਰ ਹੁੰਦਾ 1902 ਦੇ ਵਿੱਚ, ਤੇ ਚੀਫ ਖਾਲਸਾ ਦੀਵਾਨ ਦੀ ਨੀਂਹ ਰੱਖੀ ਜਾਂਦੀ ਹੈ, ਇਹਦੀ ਐਸਟੈਬਲਿਸ਼ਮੈਂਟ ਹੋਈ। ਤੇ ਇਹਦਾ ਜੋ ਅਸੀਂ ਫਸਟ ਪ੍ਰੈਜੀਡੈਂਟ ਦੀ ਗੱਲ ਕਰੀਏ, ਤਾਂ ਫਸਟ ਪ੍ਰੈਜੀਡੈਂਟ ਕੌਣ ਸੀ? ਭਾਈ ਆਰਿਅਨ ਸਿੰਘ ਸੀਗੇ, ਤੇ ਇਹਦੇ ਪਹਿਲੇ ਸੈਕਟਰੀ ਕੌਣ ਸੀ? ਸਰਦਾਰ ਸੁੰਦਰ ਸਿੰਘ ਮਜੀਠੀਆ। ਤੇ ਇਹਨੂੰ ਚੀਫ ਖਾਲਸਾ ਦੀਵਾਨ ਨੂੰ ਹੁਣੇ ਐਵੇਂ ਦਾ ਪਲੈਟਫਾਰਮ ਬਣ ਗਿਆ ਜੋ ਕਿ ਸਾਰੀਆਂ ਹੀ ਸਿੰਘ ਸਭਾ, ਚਾਹੇ ਉਹ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਵਰਕ ਕਰ ਰਹੀਆਂ ਨੇ, ਸਭ ਦੇ ਲਈ ਉਹ ਇੱਕ ਸੈਂਟਰਲ ਸਿੱਖ ਆਰਗਨਾਈਜੇਸ਼ਨ ਬਣ ਗਈ, ਜਿਹਦੇ ਵਿੱਚ ਕਿ ਉਹ ਜੋ ਇੱਕ ਸਿੱਖਾਂ ਦਾ ਤੇ ਇੱਕ ਸਿੰਘ ਸਭਾ ਦਾ ਜੋ ਮਿਸ਼ਨ ਸੀਗਾ ਕਿ ਲੋਕਾਂ ਦੀ, ਸਿੱਖ ਪਬਲਿਕ ਦੀ ਐਸਪੀਰੇਸ਼ਨਸ ਨੂੰ ਸੁਣਨਾ, ਉਹਨੂੰ ਪ੍ਰਮੋਟ ਕਰਨਾ, ਤੇ ਨਾਲ ਹੀ ਜੋ ਵੀ ਇਹਨਾਂ ਦੀ ਗ੍ਰੀਵੈਂਸਿਸ ਨੇ, ਜੋ ਵੀ ਇਹਨਾਂ ਦੀ ਪ੍ਰੋਬਲਮਸ ਨੇ, ਉਹਨਾਂ ਦੀ ਸਮੱਸਿਆਵਾਂ ਨੇ, ਉਹਨਾਂ ਨੂੰ ਠੀਕ ਕਰਨ ਦਾ ਹੱਲ ਗੱਲ ਜੋ ਹੈ ਉਹ ਇਸ ਆਰਗਨਾਈਜੇਸ਼ਨ ਦੇ ਵਿੱਚ ਚੀਫ ਖਾਲਸਾ ਦੀਵਾਨ ਦੇ ਵਿੱਚ ਕੀਤੀ ਜਾਂਦੀ ਸੀ। ਤਾਂ ਇਸ ਤਰੀਕੇ ਦੇ ਨਾਲ ਸਭ ਨੂੰ ਇੱਕ ਜਗ੍ਹਾ ਦੇ ਵਿੱਚ ਜੋੜ ਦਿੱਤਾ ਗਿਆ ਚੀਫ ਖਾਲਸਾ ਦੀਵਾਨ ਦੇ ਅੰਦਰ। ਸਿੰਘ ਸਭਾ ਦੇ ਉਤਾਰ ਚੜਾਵ ਤੋਂ ਬਾਅਦ ਇੰਪੋਰਟੈਂਟ ਚੀਜ਼ ਆਉਂਦੀ ਇਹ ਜਾਣਨੀ ਕਿ ਉਹਨਾਂ ਦੀ ਕੀ ਐਕਟੀਵਿਟੀਜ਼ ਸੀਗੀਆਂ, ਕੀ ਅਚੀਵਮੈਂਟ ਰਹੀਆਂ ਨੇ, ਕੀ ਕੁਛ ਉਹਨਾਂ ਨੇ ਕੀਤਾ। ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਸਿੱਖ ਸਕੂਲ ਬਣਾਏ ਅਲੱਗ ਅਲੱਗ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਪੰਜਾਬ ਦੇ ਹਰ ਕੋਨੇ ਦੇ ਵਿੱਚ ਉਹਨਾਂ ਨੇ ਸਿੱਖ ਸਕੂਲ ਬਣਾਉਣੇ ਸ਼ੁਰੂ ਕਰ ਦਿੱਤੇ। ਕਿਉਂ? ਕਿ ਉਹ ਬ੍ਰਿਟਿਸ਼ ਐਜੂਕੇਸ਼ਨ ਦੇ ਜਾਂ ਵੈਸਟਰਨ ਐਜੂਕੇਸ਼ਨ ਦੇ ਅਗੇਂਸਟ ਸੀ, ਤਾਂ ਉਹ ਵੈਸਟਰਨ ਐਜੂਕੇਸ਼ਨ ਦੇ ਅਗੇਂਸਟ ਨਹੀਂ ਸੀ, ਉਹ ਵੀ ਚਾਹੁੰਦੇ ਸੀ ਕਿ ਇੰਗਲਿਸ਼ ਨੂੰ ਪ੍ਰਮੋਟ ਕੀਤਾ ਜਾਏ, ਸਾਇੰਸ ਐਂਡ ਟੈਕਨੋਲੋਜੀ ਨੂੰ ਪ੍ਰਮੋਟ ਕੀਤਾ ਜਾਏ, ਤਾਂ ਕਿ ਲੋਕਾਂ ਦਾ ਜੋ ਇੱਕ ਸਾਇੰਟੀਫਿਕ ਟੈਂਪਰ ਹੈ ਉਹ ਜ਼ਿਆਦਾ ਵਧੇ। ਬਟ ਉਹਨਾਂ ਨੂੰ ਕਿਹੜੀ ਚੀਜ਼ ਨਹੀਂ ਸੀ ਚੰਗੀ ਲੱਗਦੀ? ਕਿ ਜੋ ਇਹ ਕ੍ਰਿਸ਼ਨ ਮਿਸ਼ਨਰੀ ਸੀਗੀਆਂ ਉਹ ਕ੍ਰਿਸਚਨ ਇੰਸਟਰਕਸ਼ਨ ਦਿੰਦੇ ਸੀ ਸਕੂਲਾਂ ਦੇ ਵਿੱਚ, ਗਵਰਨਮੈਂਟ ਸਕੂਲ ਦੇ ਵਿੱਚ, ਮਿਸ਼ਨਰੀ ਸਕੂਲ ਦੇ ਵਿੱਚ, ਜਿਹਦੇ ਕਰਕੇ ਕਿ ਜੋ ਬੱਚੇ ਨੇ ਉਹ ਆਪਣੇ ਸਿੱਖ ਇਤਿਹਾਸ ਨੂੰ ਨਹੀਂ ਸੀ ਜਾਣ ਪਾਉਂਦੇ, ਤੇ ਜਿਹਨਾਂ ਦੇ ਵਿੱਚ ਉਹਨਾਂ ਦੀ ਟੈਂਡੈਂਸੀ ਜੋ ਹੈ ਵੱਧ ਜਾਂਦੀ ਸੀ ਆਪਣੇ ਧਰਮ ਨੂੰ ਕਨਵਰਟ ਕਰਨ ਦੀ, ਉਹਨੂੰ ਬਦਲੀ ਕਰਨ ਦੀ। ਤਾਂ ਇਸ ਕਰਕੇ ਜੋ ਅਡਲਟ ਸੀਗੇ ਉਹਨਾਂ ਨੂੰ ਗੁਰਮੁਖੀ ਵੀ ਪੜ੍ਹਾਈ ਗਈ। ਗੁਰਮੁਖੀ ਦੀ ਸਿੱਖਿਆ ਉਹਨਾਂ ਨੂੰ ਕਿਉਂ ਦਿੱਤੀ ਗਈ? ਤਾਂ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਉਹਨਾਂ ਦੀ ਬਾਣੀ ਨੂੰ ਪੜ੍ਹ ਕੇ ਸਮਝ ਸਕਣ, ਤੇ ਹੋਰ ਜਿੰਨਾ ਵੀ ਪੰਜਾਬੀ ਲਿਟਰੇਚਰ ਹੈ ਜੋ ਸਿੱਖ ਇਤਿਹਾਸ ਬਾਰੇ ਦੱਸਦਾ ਹੈ ਉਹਦੇ ਬਾਰੇ ਬੱਚਿਆਂ ਨੂੰ ਜਾਣੂ ਕਰਾਇਆ ਜਾ ਸਕੇ। ਤੇ ਇਹਨਾਂ ਨੇ ਪੰਜਾਬੀ ਸਕੂਲ ਜੋ ਹੈ ਬਣਾਇਆ ਇੱਕ ਲਾਹੌਰ ਵਿਖੇ, ਤੇ ਸਿੱਖ ਕੰਨਿਆ ਪਾਠਸ਼ਾਲਾ ਬਣਾਈ ਫਿਰੋਜ਼ਪੁਰ। ਤਾਂ ਅਸੀਂ ਇਹ ਬਿਲਕੁਲ ਇੱਥੋਂ ਕਲੀਅਰਲੀ ਦਿਖ ਰਿਹਾ ਹੈ ਕਿ ਵੁਮੈਨ ਐਜੂਕੇਸ਼ਨ ਨੂੰ ਵੀ ਇਕੁਅਲੀ ਪ੍ਰਮੋਟ ਕੀਤਾ ਗਿਆ। ਖਾਲਸਾ ਕਾਲਜ ਬਣਦਾ ਹੈ 1892 ਦੇ ਵਿੱਚ ਅੰਮ੍ਰਿਤਸਰ, ਤੇ ਇਹ ਇਹਨਾਂ ਦੀ ਮੇਨ ਇੰਪੋਰਟੈਂਟ ਅਚੀਵਮੈਂਟਸ ਨੇ। ਕਿ ਜੇ ਅਸੀਂ ਐਜੂਕੇਸ਼ਨਲ ਸਫੇਅਰ ਦੀ ਗੱਲ ਕਰੀਏ, ਐਜੂਕੇਸ਼ਨਲ ਸਫੇਅਰ ਤੋਂ ਇਲਾਵਾ
ਇੱਕ ਸੋਸ਼ਲ ਸਫੀਅਰ ਦੇ ਵਿੱਚ ਵੀ ਉਹਨਾਂ ਨੇ ਕਾਫੀ ਜ਼ਿਆਦਾ ਵਰਕ ਕੀਤਾ, ਜਿਵੇਂ ਕਿ ਖਾਲਸਾ ਟਰੈਕ ਸੋਸਾਇਟੀ 1894 ਦੇ ਵਿੱਚ ਬਣਾਈ ਗਈ ਭਾਈ ਵੀਰ ਸਿੰਘ ਵੱਲੋਂ, ਜਿਹਦੇ ਵਿੱਚ ਕਿ ਉਹ ਕੀ ਕਰ ਰਹੇ ਸੀ, ਬੁੱਕਸ ਉਹਨਾਂ ਨੇ ਪਬਲਿਸ਼ ਕੀਤੀਆਂ ਬਹੁਤ ਸਾਰੀਆਂ, ਪੋਇਮਸ, ਨਿਊਜ਼ ਪੇਪਰਸ ਐਂਡ ਮੈਗਜ਼ੀਨਸ। ਪਰ ਇਹ ਬੁੱਕਸ ਦੇ ਵਿੱਚ ਹੁੰਦਾ ਕੀ ਸੀ, ਇਹਨਾਂ ਦੀ ਪਬਲੀਕੇਸ਼ਨ ਦੇ ਵਿੱਚ ਮੇਨ ਇੰਪੋਰਟੈਂਟ ਗੱਲ ਕੀ ਸੀ, ਤਾਂ ਉਹ ਉਹਨਾਂ ਦੇ ਵਿੱਚ ਓਪਨਲੀ ਕਿਸਦੇ ਅਗੇਂਸਟ ਸਪੀਚ ਕਰਦੇ ਸੀ, ਕਿਹਦੇ ਅਗੇਂਸਟ ਜੋ ਹੈ ਬੋਲਦੇ ਹੁੰਦੇ ਸੀ, ਜੋ ਬ੍ਰਾਹਮਣਿਕਲ ਪ੍ਰੈਕਟਿਸਿਸ ਨੇ, ਆਈਡਲ ਵਰਸ਼ਿਪ ਦੀਆਂ, ਠੀਕ ਹੈ, ਮੂਰਤੀ ਪੂਜਨ, ਕਿਉਂਕਿ ਸਿੱਖਿਜ਼ਮ ਇਹਨਾਂ ਸਾਰੀਆਂ ਹੀ ਚੀਜ਼ਾਂ ਦੇ ਅਗੇਂਸਟ ਹੈ। ਤਾਂ ਮੂਰਤੀ ਪੂਜਨ ਦਾ ਉਹਨਾਂ ਨੇ ਖੰਡਨ ਕੀਤਾ। ਕਾਸਟ ਪ੍ਰੇਜੁਡਿਸ, ਕਿ ਕਾਸਟ ਸਿਸਟਮ ਨੂੰ ਜੋ ਹੁਣ ਤੱਕ ਮੰਨਿਆ ਜਾ ਰਿਹਾ ਸੀ, ਅਤੇ ਕਾਸਟ ਦੇ ਬੇਸ 'ਤੇ ਅਸੀਂ ਪਿੱਛੇ ਵੀ ਦੇਖਿਆ ਕਿ ਇੱਕ ਵਾਰੀ ਕਲੈਸ਼ ਇਰਪਟ ਹੋਇਆ ਸੀਗਾ, ਤਾਂ ਇਸ ਕਰਕੇ ਉਹਨਾਂ ਨੇ ਸਾਰੀਆਂ ਹੀ ਚੀਜ਼ਾਂ ਦਾ ਖੰਡਨ ਕੀਤਾ, ਜਾਂ ਜੋ ਵੀ ਫੂਡ ਐਂਡ ਕੁਕਿੰਗ ਪ੍ਰੈਕਟਿਸਿਸ ਹੁੰਦੀਆਂ ਨੇ, ਕੱਚਾ ਫੂਡ ਅਤੇ ਪੱਕਾ ਫੂਡ ਦਾ ਕਨਸੈਪਟ ਹੈ, ਉਹਨੂੰ ਖਤਮ ਕੀਤਾ, ਅਤੇ ਕਿਸੇ ਵੀ ਤਰੀਕੇ ਦੀ ਨਸ਼ੇ ਦੀ ਲੱਤ ਹੈ ਉਸ ਚੀਜ਼ ਦੇ ਜੋ ਹੈ ਉਹ ਅਗੇਂਸਟ ਹੋ ਕੇ ਬੋਲੇ। ਹੋਰ ਸਭ ਤੋਂ ਇੰਪੋਰਟੈਂਟ ਚੀਜ਼ ਇੱਥੇ ਕੀ ਹੈ, ਕਿ ਜੋ ਇਕੁਆਲਿਟੀ ਆਫ ਸਟੇਟਸ ਦੀ ਗੱਲ ਹੈ ਮੈਨ ਐਂਡ ਵੁਮੈਨ ਦੀ, ਉਹਨਾਂ ਨੂੰ ਪ੍ਰਮੋਟ ਕੀਤਾ, ਕਿਉਂਕਿ ਬ੍ਰਾਹਮਣਿਜ਼ਮ ਦੇ ਵਿੱਚ ਜੋ ਵੁਮਨ ਹੈ ਉਹਨੂੰ ਹਮੇਸ਼ਾ ਇੱਕ ਨੀਚਾ ਦਰਜਾ ਦਿੱਤਾ ਗਿਆ ਸੀ, ਪਰ ਸਿੱਖਿਜ਼ਮ ਦੋਨੋਂ ਹੀ ਜੋ ਜੈਂਡਰ ਨੇ, ਮੈਨ ਜਾਂ ਵੁਮੈਨ, ਦੋਨਾਂ ਨੂੰ ਇਕੁਆਲਿਟੀ ਦਾ ਸਟੇਟਸ ਗ੍ਰਾਂਟ ਕਰਦਾ ਹੈ, ਤਾਂ ਇਸੀ ਚੀਜ਼ ਨੂੰ ਇੱਥੇ ਪ੍ਰਮੋਟ ਕੀਤਾ ਗਿਆ। ਤਾਂ ਇਹ ਮੇਨ ਐਕਟੀਵਿਟੀਜ਼ ਅਤੇ ਅਚੀਵਮੈਂਟਸ ਨੇ ਸਿੰਘ ਸਭਾ ਮੂਵਮੈਂਟ ਦੀਆਂ। ਨੈਕਸਟ ਟੌਪਿਕ ਕਰਾਂਗੇ ਅਸੀਂ ਆਪਣੀ ਨੈਕਸਟ ਕਲਾਸ। ਥੈਂਕ ਯੂ।